सोशल मीडिया ते एक बच्चे दी वीडियो लगातार वायरल हो रही है जिस विच ओह लोकां नूं जराबां वेच रहा है। बच्चे दी मासूमियत असे उसकी मजबूरी चेहरे तो ही झलक रही है। लगातार वीडियो वायरल होई जिस तों बाद मुख्यमंत्री पंजाब कैप्टन अमरिंदर सिंह ने इस विच खुद दिलचस्पी विखाई अते बच्चे नूं लभिया तां पता लगा है कि ओह लुधियाणे दा रहण वाला है। जिस तों बाद अधिकारियों नूं कह के मुख्यमंत्री पंजाब ने उसनूं फोन किया ते उस नाल गलबात करके उसकी पढ़ाई का पूरा खर्चा करन दा भरोसा भी दिता है। कन्ना घैंट बेचारा मेहनत करता निका जिहा, बहुत क्यूट आ वीरे तू, आ लै मैनू दे दे इक, लव यू करन वाला यार। है 150 तो मां 150 आ गया तेरे कोले, अच्छा चल 50 दे रखने रख ला जी। थैंक, बहुत वधिया लग्या तू मेहनत करदा देख के, ठीक आ। ਕਿੱਥੇ ਰਹਿਣਾ ਤੂੰ? ਮੈਂ ਛੋਟੀਆਪੁਰ। ਛੋਟੀਆਪੁਰ, ਠੀਕ ਆ। ਫਿਰ ਇੱਥੇ ਕਿਵੇਂ ਆਉਣਾ ਵਾ ਤੂੰ ਇਕੱਲੇ ਹੀ? ਹਾਂ। ਕਿੱਥੇ ਅਟਕ ਜਾਂਦਾ ਤੈਨੂੰ ਕੋਈ? ਹੈ? ਕਦ ਤੇ ਆਉਣਾ? ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ। ਬੇਟਾ ਕੈਪਟਨ ਸਾਹਿਬ ਨਾਲ ਗੱਲ ਹੋਈ, ਕਿੱਦਾਂ ਦਾ ਲੱਗਿਆ, ਕੀ ਕੁਝ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਘਰ ਦੀ ਮਦਦ ਕਰਾਂਗੇ। ਹੋਰ ਕੀ ਕਿਹਾ? ਹੈਲਪ। ਹੋਰ ਕਿਹਾ ਕਿ ਤੇਰੇ ਪੜ੍ਹਾਈ ਦਾ ਖਰਚਾ ਸਾਰਾ ਅਸੀਂ ਦੇਵਾਂਗੇ। ਅੱਛਾ, ਇਧਰ ਕੈਮਰੇ ਕਰਨੀ ਕੈਮਰਾ। ਤੁਸੀਂ ਵੱਡਾ ਹੋ ਕੇ ਕੀ ਬਣਨਾ ਚਾਹੁੰਦੇ ਹੋ? ਇਹ ਤਾਂ ਪੜ੍ਹਾਈ ਕਰਕੇ ਹਲੇ ਸੋਚਿਆ ਨਹੀਂ। ਨਹੀਂ ਤੇ ਪੜ੍ਹਨਾ ਹੁਣ, ਅੱਗੇ ਪੜ੍ਹਨਾ। ਅੱਗੇ ਪੜ੍ਹਨ ਦਾ ਮਨ ਹੈਗਾ? ਕੀ ਸਮਾਨ ਤੁਸੀਂ ਉਹਨੂੰ ਵੀ ਵੇਚਿਆ ਕਰੋਗੇ? ਨਹੀਂ ਨਹੀਂ। ਕਿੰਨੇ ਭੈਣ ਭਰਾ ਤੁਸੀਂ? ਅਸੀਂ ਤਿੰਨ ਭੈਣਾਂ, ਦੋ ਭਰਾ ਤੇ ਮੰਮੀ ਡੈਡੀ। ਤੇਰਾ ਪੂਰਾ ਨਾਮ ਕੀ? ਵੰਸ਼ ਸਿੰਘ। ਠੀਕ, ਚੱਲ ਜੀ। ਓਕੇ, ਠੀਕ ਹੈ। ਕੀ ਨਾਮ ਹੈ ਪੂਰਾ ਤੁਹਾਡਾ? ਰਣਜੀਤ ਸਿੰਘ ਜੀ। ਸਰ, ਤੁਹਾਡੇ ਬੱਚੇ ਦੀ ਇੱਕ ਵੀਡੀਓ ਵਾਇਰਲ ਹੋਈ, ਕੈਪਟਨ ਸਾਹਿਬ ਨੇ ਅੱਜ ਗੱਲ ਕੀਤੀ ਹੈ, ਕੀ ਕੋਈ ਆਸ਼ਵਾਸਨ ਦਿੱਤਾ ਉਹਨਾਂ ਨੇ, ਕੀ ਕੁਝ ਗਿਆ ਉਹਨਾਂ ਨੇ? ਜੀ, ਬੱਚੇ ਨੂੰ ਪਹਿਲਾਂ ਪਿਆਰ ਕਰੀ ਸਤਿ ਸ਼੍ਰੀ ਅਕਾਲ ਦਾ ਜਵਾਬ ਮਿਲਿਆ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ, ਬੇਟਾ ਜੀ ਕੀ ਹਾਲ ਹੈ, ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ? ਬੇਟਾ ਕਹਿੰਦਾ ਹਾਂਜੀ। ਫਿਰ ਉਹਨਾਂ ਨੇ ਗੱਲ ਕੀਤੀ, ਅਤੇ ਉਹਨਾਂ ਨੇ ਕਿਹਾ ਸਕੂਲ 'ਚ, ਜਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਸੀਗੇ, ਤੁਹਾਨੂੰ ਉੱਥੇ ਕੱਢਿਆ ਗਿਆ, ਉਸ ਸਕੂਲ ਦਾ ਦੌਰਾ ਯੂਨੀਵਰਸਿਟੀ 'ਚ ਪਾ ਦਿੱਤਾ ਜਾਏਗਾ, ਵੀ ਹੋਰ ਤੁਹਾਡਾ ਘਰ ਦਾ ਜਿੰਨਾ ਵੀ ਕੋਈ ਖਰਚਾ ਹੋਏਗਾ ਅਸੀਂ ਚੱਕਾਂਗੇ, ਵੀ ਤੁਹਾਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਮੇਰੇ ਬੇਟੇ ਨੂੰ ਆਖਿਆ ਮੈਨੂੰ। ਕਿੰਨੀ ਚਿਰ ਤੋਂ ਬੇਟਾ ਕਰ ਰਿਹਾ ਸੀ ਤਾਂ? ਕੰਮ ਤਾਂ ਹਲੇ ਥੋੜ੍ਹਾ ਲੋਕਡਾਊਨ ਥੋੜ੍ਹੀ ਜਿਹੀ ਹੋਈ ਹੈ, ਸਰਦੀ 'ਚ, ਸਰਦੀ ਤੋਂ ਸ਼ੁਰੂ ਕੀਤਾ ਜੀ, ਥੋੜ੍ਹੀ ਜਿਹੀ ਹੋਈ ਹੈ ਕੰਮ ਕਰਦੇ। ਸਰ, ਤੁਹਾਡੇ ਬੇਟੇ ਦਾ ਕੀ ਨਾਮ ਆ, ਕਿੰਨੇ ਸਾਲ ਦਾ? ਵੰਸ਼ ਹੈ ਜੀ ਮੇਰੇ ਬੇਟੇ ਦਾ, ਉਹ ਹੈਗਾ 10 ਸਾਲ ਦਾ ਹੈਗਾ ਬੱਚਾ ਸਾਡਾ। ਉਹਦੇ ਤਿੰਨ ਭੈਣਾਂ ਜੀ, ਦੋ ਭਰਾ ਆਪ। ਤੁਹਾਨੂੰ ਪਤਾ ਸੀ ਬੱਚਾ ਤੁਹਾਡਾ ਇਹ ਕੰਮ ਕਰ ਰਿਹਾ ਤੁਹਾਡੇ ਵਾਸਤੇ, ਕੁਛ ਇਹਦੇ ਬਾਰੇ ਪਤਾ ਸੀ ਤੁਹਾਨੂੰ? ਪਤਾ ਸੀਗਾ ਜੀ, ਘਰੋਂ ਜਾਂਦਾ ਸੀ ਸਾਡੇ ਕੋਲੋਂ, ਪੈਸੇ ਲੈ ਕੇ ਜਾਂਦਾ ਸੀ, ਸਮਾਨ ਲੈ ਲੈਂਦਾ ਸੀ ਆਪੇ ਹੀ, ਖਰੀਦ ਲੈਂਦੇ ਕੁਝ ਸਾਡਾ ਪਹਿਲਾਂ ਸ਼ੁਰੂ ਸਮਾਨ ਪਏ ਘਰ ਜਿਹੜਾ ਸੀਗਾ, ਅਤੇ ਉਹ ਹੀ ਸਾਡਾ ਵੇਚਦਾ ਰਿਹਾ। ਫਿਰ ਉਸ ਤੋਂ ਬਾਅਦ ਆਪ ਪੈਸੇ ਲੈ ਕੇ ਜਾ ਕੇ ਲਿਆਂਦਾ ਰਿਹਾ, ਵੇਚਦਾ ਰਿਹਾ, ਅਤੇ ਮੈਂ ਵੀ ਉੱਥੇ ਬਾਹਰ ਰੋਡ 'ਤੇ ਲਾ ਕੇ ਸਮਾਨ ਸਮੂਹ ਵੇਚਿਆ ਵੇਚਦਾ ਸੀਗਾ। ਹੁਣ ਇੱਕ ਮਹੀਨਾ ਡੇਢ ਮਹੀਨਾ ਹੋ, ਥੋੜ੍ਹਾ ਜਿਹਾ ਤੁਰ ਫਿਰਨ 'ਚ ਥੋੜ੍ਹੀ ਤਕਲੀਫ ਰਹਿੰਦੀ ਹੈ, ਸਮਾਨ ਮੈਂ ਚੱਕ ਕੇ ਵੇਚ ਨਹੀਂ ਸਕਦਾ, ਇਸ ਕਰਕੇ ਮੈਂ ਥੋੜ੍ਹਾ ਜਿਹਾ ਘਰ ਹੀ ਸੀਗਾ, ਵੀ ਇਸ ਕਰਕੇ ਮੈਂ ਕੰਮ ਨਹੀਂ ਕੀਤਾ। ਨੇ ਤੁਹਾਡੀ ਸਟੱਡੀ ਕਿੰਨੇ ਤੱਕ ਕੀਤੀ ਹੈ? ਬੱਚੇ ਨੇ ਸਾਡੇ ਸੋਹਣ, ਬਹੁਤ ਸੋਹਣਾ ਸਾਥ ਦਿੱਤਾ ਜੀ ਸਾਡਾ। ਕਿੰਨੇ ਕਲਾਸ ਤੱਕ ਪੜ੍ਹਿਆ? ਕਲਾਸ ਜੀ ਦੋ ਕਲਾਸਾਂ ਹੀ ਪੜ੍ਹੇ ਜੀ ਬਸ। ਸਰ, ਕੈਪਟਨ ਸਾਹਿਬ ਨਾਲ ਗੱਲ ਹੋਈ, ਤੁਹਾਨੂੰ ਕਿੱਦਾਂ ਦਾ ਲੱਗਿਆ? ਕੈਪਟਨ ਸਾਹਿਬ ਨਾਲ ਸਾਨੂੰ ਬਹੁਤ ਵਧੀਆ ਲੱਗਿਆ, ਕੈਪਟਨ ਸਾਹਿਬ ਦੀ ਤਾਰੀਫ ਕੀਤੀ ਜਾ ਸਕਦੀ ਹੈ ਜੀ, ਬਹੁਤ ਵਧੀਆ ਲੈ ਕੀਤਾ ਉਹਨਾਂ ਨੇ,
बहुत चंगी तरह सानू प्यार दिता उन्होंने। लग रहा कि बच्चे करके कैप्टन साहब ने गल उ बड़े माण वाली गल। हाँ जी हाँ, कैप्टन साहब जो सी एम सी है जो उन्होंने मुख्यमंत्री जोड़े है उन्होंने साड़ी गलबात हुई, सू बड़ा खुशी हुई जो साढ़े उन्होंने गल की, बहुत प्यार मिले उन्होंने। बच्चे ने मान बनाया। हाँ जी हाँ जी, सा बहुत मान बनाया जी।